ਭਾਰਤ ਮਿਸ਼ਨ ਦੇ ਤਹਿਤ ਲੁਧਿਆਣਾ ਦੇ ਰੋਜ਼ ਗਾਰਡਨ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਅਕ੍ਰਿਤਿਆ ਜਣੀਆਂ ਕਿ ਤੁਹਾਨੂੰ ਨਜ਼ਰ ਆਉਣਗੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਲੁਧਿਆਣਾ ਦੇ ਰੋਜ਼ ਗਾਰਡਨ ਦੀਆਂ ਤਸਵੀਰਾਂ ਨੇ ਜਿੱਥੇ ਕਿ ਵੱਖ-ਵੱਖ ਤਰ੍ਹਾਂ ਦੀਆਂ ਅਕ੍ਰਿਤਿਆ ਤਿਆਰ ਕੀਤੀਆਂ ਗਈਆਂ ਨੇ ਫਿਲਹਾਲ ਹਜੇ ਇਹ ਰੈਪਡ ਨੇ ਇਹ ਵੇਸਟ ਮਟੀਰੀਅਲ ਜਿਹੜਾ ਕਿ ਲੋਹਾ ਚਾਹੇ ਪਲਾਸਟਿਕ ਹੋਵੇ ਵੇਸਟ ਮਟੀਰੀਅਲ ਲੋਹੇ ਦੇ ਨਾਲ ਜਿਹੜੀ ਹੈ ਕਿ ਇਹ ਗਿਟਾਰ ਜਿਹੜੀ ਆ ਕਿ ਇਹ ਤਿਆਰ ਕੀਤੀ ਗਈ ਆ ਤਕਰੀਬਨ ਇਸ ਦੀ ਜਿਹੜੀ ਉਚਾਈ ਆ 8-9 ਫੁੱਟ ਦੀ ਲੱਗ ਰਹੀ ਆ ਪਰ ਦੂਜੇ ਪਾਸੇ ਤੁਹਾਨੂੰ ਤਸਵੀਰ ਦਿਖਾਵਾਂਗੇ ਤਸੀਂ ਤਸਵੀਰਾਂ ਦੇਖ ਸਕਦੇ ਜਿਹੜੀ ਇਹ ਗਿਟਾਰ ਤਿਆਰ ਕੀਤੀ ਗਈ ਆ ਚੈਨ ਯਰ ਤੇ ਟੱਲੀ ਆ ਜਿਹੜੀ ਇਹ ਗ੍ਰਿਲ ਆ ਜਿਹੜੀ ਆਪਾਂ ਘਰਾਂ ਚ ਲਗਾਉਂਦੇ ਆ ਗ੍ਰਿਲ ਯੂਜ਼ ਹੁੰਦੀ ਆ ਚਾਬੀਆਂ ਨੇ ਵੇਸਟ ਮਟੀਰੀਅਲ ਦੀ ਜਿਹੜੀ ਚਾਬੀਆਂ ਨੇ ਹੋਰ ਚੈਨ ਸੈੱਟ ਇੱਥੇ ਲੱਗਿਆ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਜਿਹੜੇ ਲੋਹੇ ਦੀਆਂ ਜਿਹੜੀਆਂ ਵੇਸਟ ਮਟੀਰੀਅਲ ਆ ਚਾਹੇ ਸਪਰਿੰਗ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਉਸ ਤਰੀਕੇ ਨਾਲ ਉਸ ਚੀਜ਼ ਦੀ ਵਰਤੋਂ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਹੈ ਇਹ ਗਿਟਾਰ ਤਾਂ ਤਿਆਰ ਕੀਤਾ ਕਿ ਦੂਜੇ ਪਾਸੇ ਇੱਕ ਰੋਬੋਟ ਵੀ ਤਿਆਰ ਕੀਤਾ ਗਿਆ ਫਿਲਹਾਲ ਹਜੇ ਇਹ ਰੈਪਡ ਆ ਹੈ ਤਸਵੀਰਾਂ ਤੁਸੀਂ ਦੇਖ ਰੈਪਡ ਹੈ ਲੁਧਿਆਣਾ ਦੇ ਇਹ ਰੋਜ਼ਗਾਰਡਨ ਦੀਆਂ ਤਸਵੀਰਾਂ ਨੇ ਜਿੱਥੇ ਕੀ ਇਹ ਵੱਖ-ਵੱਖ ਤਰ੍ਹਾਂ ਦੀਆਂ ਕ੍ਰਿਤਿयां ਤਿਆਰ ਕੀਤੀਆਂ ਗਈਆਂ ਨੇ ਸਵੱਛ ਭਾਰਤ ਦੇ ਮਿਸ਼ਨ ਦੇ ਤਹਿਤ ਇਹ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਵੇਸਟ ਮਟੀਰੀਅਲ ਜਿਹੜਾ ਕੀ ਇਹ ਇਕੱਠਾ ਕਰਕੇ ਤਿਆਰ ਕੀਤਾ ਗਿਆ ਇੱਕ ਪਾਸੇ ਤੁਹਾਨੂੰ ਤਸਵੀਰਾਂ ਦਿਖਾਏ ਗਿਟਾਰ ਦੇ ਦੂਜੇ ਪਾਸੇ ਘੋੜਾ ਜਿਹੜਾ ਕੀ ਘੋੜੇ ਦੀ ਤਸਵੀਰ ਤੁਹਾਨੂੰ ਦਿਖਾਣੇ ਫਿਲਹਾਲ ਇਹ ਰੈਪਡ ਹੈ ਇਸ ਦਾ ਜਿਹੜਾ ਉਦਘਾਟਨ ਆ 15 ਫਰਵਰੀ ਨੂੰ ਦੇ ਕਰੀਬ ਜਿਹੜਾ ਕੀ ਕੀਤਾ ਕੀਤਾ ਜਾ ਸਕਦਾ ਲੁਧਿਆਣਾ ਦੇ ਇਹ ਤਸਵੀਰਾਂ ਨੇ ਇੱਥੇ ਕੁਝ ਲੋਕ ਵੀ ਆਏ ਹੋਣੇ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖਦੇ ਹਾਂ ਹਾਂ ਜੀ ਇੱਥੇ ਹੀ ਨੇੜੇ ਆ ਨੇੜੇ ਹਾਂਜੀ ਅੱਛਾ ਤੁਸੀਂ ਅਕਸਰ ਇੱਥੇ ਰੋਜ਼ਗਾਰਡਨ ਵਿੱਚ ਘੁੰਮਣ ਆਇਆ ਨਹੀਂ ਕਦੇ-ਕਦੇ ਆ ਜਾਂਦੇ ਆ ਕਦੇ-ਕਦੇ ਆ ਬਦਿਆ ਲੱਗਦਾ ਹੈਗਾ ਹਾਂਜੀ ਅੱਛਾ ਪਰਿਵਾਰ ਦੇ ਨਾਲ ਆ ਨਹੀਂ ਨਹੀਂ ਇਕੱਲੇ ਆ ਇਕੱਲੇ ਆ ਹਾਂਜੀ ਅੱਛਾ ਜਦੋਂ ਤੁਸੀਂ ਇੱਥੇ ਇਹਨੂੰ ਦੇਖਿਆ ਚੀਜ਼ਾਂ ਨੂੰ ਅਕ੍ਰਿਤਿਆ ਹੈਗੀਆਂ ਨੇ ਵੱਖ-ਵੱਖ ਤਰ੍ਹਾਂ ਦੇ ਘੋੜਾ ਵੀ ਹੈ ਇੱਥੇ ਉਂਟ ਵੀ ਹੈ ਗਿਟਾਰ ਵੀ ਬਣਿਆ ਹੋਇਆ ਵੇਸਟ ਮਟੀਰੀਅਲ ਨਾਲ ਬਣਿਆ ਹੋਇਆ ਹੈ ਕਿ ਤੁਸੀਂ ਪਹਿਲੀ ਵਾਰ ਦੇਖਿਆ ਜਦੋਂ ਆਕੇ ਤੁਹਾਨੂੰ ਕਿੱਦਾਂ ਲੱਗਿਆ ਕਿ ਇਹ ਵੇਸਟ ਮਟੀਰੀਅਲ ਨਾਲ ਤਿਆਰ ਕੀਤਾ ਹੈ ਨਹੀਂ ਅਸੀਂ ਦੇਖਿਆ ਤਾਂ ਪਹਿਲੀ ਵਾਰ ਪਰ ਬਹੁਤ ਵਧੀਆ ਲੱਗਿਆ ਹੈ ਚੀਜ਼ ਵਧੀਆ ਚੀਜ਼ ਬਣਾਈ ਆ ਮੈਂ ਵੀ ਦੇਖਿਆ ਮਗਾ 21 ਚੀਜ਼ਾਂ ਪਰ ਵਧੀਆ ਚੀਜ਼ ਹੈਗੀ ਰੋਬਰਟਾ ਦੋ ਘੋੜੇ ਹੋ ਗਏ ਉਹ ਇਧਰ ਗਿਟਾਰ ਬਹੁਤ ਸੋਹਣਾ ਬਣਿਆ ਹੋਇਆ ਕੀ ਲੱਗਦਾ ਜਿਵੇਂ ਅਸੀਂ ਤੁਸੀਂ ਘਰਾਂ ਦੇ ਵਿੱਚ ਵੀ ਆਪਾਂ ਅਕਸਰ ਜਿਹੜੀ ਚੀਜ਼ਾਂ ਯੂਜ਼ ਕਰਦੇ ਆ ਚਾਹੇ ਸਾਡੇ ਕੋਲ ਕੋਈ ਵੀ ਚੀਜ਼ ਹੋਵੇ ਘਰ ਦੇ ਵਿੱਚ ਜਿਵੇਂ ਇੱਥੇ ਗ੍ਰਿਲ ਦੀ ਹੈ ਗ੍ਰਿਲ ਲੱਗੀ ਹੋਈ ਆ ਵੇਸਟ ਗ੍ਰਿਲ ਲੱਗੀ ਆ ਸਾਈਕਲ ਹਿੱਟ ਹੋ ਲੱਗੀ ਆ ਬੈਲ ਟੱਲੀ ਲੱਗੀ ਹੋਈ ਆ ਇੱਥੇ ਚੈਨ ਸੈਟ ਲੱਗੇ ਆ ਆਪਾਂ ਜਿਵੇਂ ਮੋਟਰਸਾਈਕਲ ਯੂਜ਼ ਕਰਦੇ ਹਾਂ ਤੁਸੀਂ ਸੋਚਿਆ ਸੀ ਅਕਸਰ ਕਦੀ ਤੁਸੀਂ ਤਾਂ ਆਪਾਂ ਲੋਕ ਜਿਵੇਂ ਸਿੱਟ ਦਿੰਦੇ ਆ ਇਹਨਾਂ ਨੂੰ ਜਾਂ ਵੇਚ ਦਿੰਦੇ ਆ ਜਾਂ ਕਬਾੜੀਆਂ ਨੂੰ ਦੇ ਦਿੰਦੇ ਆ ਤੁਹਾਨੂੰ ਕੀ ਲੱਗਦਾ ਸੀ ਇਸ ਚੀਜ਼ ਤੇ ਹਾਰ ਹੋ ਸਕਦੀ ਹੈ ਕਦੀ ਨਹੀਂ ਲੱਗਦਾ ਤਾਂ ਨਹੀਂ ਸੀ ਪਰ ਇਹ ਬਹੁਤ ਵਧੀਆ ਵੇਸਟ ਮਟੀਰੀਅਲ ਦਾ ਬਣਾਇਆਗਾ ਇਹ ਬਹੁਤ ਵਧੀਆ ਚੀਜ਼ ਬਣਾਈਏਗੀ ਆ ਤੇ ਬਹੁਤ ਵਧੀਆ ਆਰਟ ਹੈਗਾ अच्छा जदो इस दा उद्घाटन ਕੀਤਾ ਜਾਊਗਾ ਕਹਿੰਦੇ 15 ਫਰਵਰੀ ਦੇ ਆਸ-ਪਾਸ ਕੀਤਾ ਜਾਣਾ ਹੈ ਉਦਘਾਟਨ ਇਹਦਾ ਤੇ ਪਰਵਾ ਨੂੰ ਲੈ ਕੇ ਆਉਂਗੇ ਜਿਵੇਂ ਪ੍ਰੋਪਰ ਹੁੰਦਾ ਚਲੋ ਰੈਪ ਕੀਤਾ ਹੈ ਥੋੜਾ ਥੋੜਾ ਚੀਜ਼ ਦਿਖ ਰਹੀ ਹੈ ਲੈ ਕੇ ਆਵਾਂਗੇ ਆਵਾਂਗੇ ਦੱਸਾਂਗੇ ਜਾ ਕੇ ਘਰੇ ਫਿਰ ਆਵਾਂਗੇ ਵੀ ਆ ਜਾਣਗੇ ਜੀ ਬਿਲਕੁਲ ਇਹ ਤੇ ਜਿਹੜੇ ਲੋਕ ਹੈਗੇ ਨੇ ਉਹ ਵੀ ਕਹਿੰਦੇ ਅਸੀਂ ਇਹਨੂੰ ਦੇਖਣਾ ਹੈ ਫਿਲਹਾਲ ਇਹ ਰੈਪਡ ਆ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਣੇ ਆ ਕਿ ਇਹ ਊਂਟ ਊਂਟ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਊਂਟ ਆ ਉਹਨੂੰ ਵੀ ਤਿਆਰ ਕੀਤਾ ਗਿਆ ਰੈਪਡ ਆ ਫਿਲਹਾਲ ਹਜੇ ਰੈਪਡ ਆ ਜਿਹੜਾ ਉਦਘਾਟਨ ਹਜੇ 15 ਫਰਵਰੀ ਦੇ ਕਰੀਬ ਇਹ ਸ਼ੌਕਰ ਜਿਵੇਂ ਸਕੂਟਰ ਮੋਟਰਸਾਈਕਲ ਵਿੱਚ ਸ਼ੌਕਰ ਅਸੀਂ ਜਿਹੜੇ ਯੂਜ਼ ਕਰਦੇ ਆ ਅਸੀਂ ਇਹਨੂੰ ਮੋਟਰਸਾਈਕਲ ਨੂੰ ਚਲਾਉਂਦੇ ਆ ਉਹਦਾ ਜਿਹੜਾ ਵੇਸਟ ਮਟੀਰੀਅਲ ਹੈ ਜਾਂ ਤਾਂ ਅਸੀਂ ਕਬਾੜੀਆਂ ਨੂੰ ਦੇ ਦਿੰਨੇ ਆ ਜਾਂ ਤਾਂ ਅਸੀਂ ਉਹਨਾਂ ਨੂੰ ਵੇਚ ਵੇਚਦੇ ਆ ਜਦੋਂ ਅਸੀਂ ਦੂਜੇ ਪਾਸੇ ਤਸਵੀਰਾਂ ਦੇਖ ਸਕਦੇ ਜਿਹੜੀ ਅਸੀਂ ਸਕੂਟਰ ਸਕੂਟਰ ਦੀ ਡਿੱਕੀ ਵੀ ਆ ਇਹਦੇ ਵਿੱਚ ਲੱਗੀ ਹੋਈ ਆ ਇਹ ਰੈਮ ਲੱਗਿਆ ਹੋਇਆ ਹੈ ਨਾਲ ਚੈਨ ਚੈਨ ਸੈੱਟ ਹੈ ਇਹ ਲੋਹੇ ਦਾ ਤੇ ਸ਼ੌਕਰ ਵੀ ਲੱਗਿਆ ਹੋਇਆ ਹੈ ਤੇ ਇਸ ਮੋਟਰਸਾਈਕਲ ਦੀ ਟੈਂਕੀ ਹੈ ਸਕੂਟਰ ਦੀ ਡਿੱਕੀ ਹੈ ਵੱਖ-ਵੱਖ ਜਿਹੜੀ ਆ ਵੇਸਟ ਮਟੀਰੀਅਲ ਦੇ ਨਾਲ ਜਿਹੜਾ ਕਿ ਤਿਆਰ ਕੀਤਾ ਆ ਇਹ ਲੁਧਿਆਣਾ ਦੇ ਮਨੀਰ ਰੋਜ਼ਗਾਰਡਨ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਹ ਚੀਜ਼ਾਂ ਵੱਖ-ਵੱਖ ਤਰ੍ਹਾਂ ਦੀਆਂ ਕ੍ਰਿਤੀਆਂ ਤਿਆਰ ਕੀਤੀਆਂ ਗਈਆਂ ਨੇ ਹਾਲਕਿ ਇਹਦਾ ਜਿਹੜਾ ਵਜ਼ਨ ਹੈ ਜਿਹੜਾ ਕਿ 10 ਟਨ ਤੇ 25 ਲੱਖ ਦੀ ਜਿਹੜੀ ਕਿ ਲਾਗਤ ਨਾਲ ਕਿਹਾ ਜਾ ਰਿਹਾ ਕਿ ਇਹ ਇਹ ਬਣਿਆ ਹੋਇਆ ਹੈ ਹੁਣ ਇਸ ਸਬੰਧ ਵਿੱਚ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਕਮਿਸ਼ਨਾਂ ਨਾਲ ਵੀ ਐਮਸੀ ਜਿਹੜੇ ਕਮਿਸ਼ਨਰ ਲੁਧਿਆਣਾ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹਦੇ ਵਿੱਚ ਕਿੰਨੇ ਪੈਸਾ ਲੱਗਿਆ ਵਾ ਕਿੰਨਾ ਟਨ ਇਹਦਾ ਜਿਹੜੀ ਇਹਦੀ weight ਹੈ ਦਾ ਕਿੰਨਾ ਟਨ ਜਿਹੜਾ ਲੋਹਾ ਲੱਗਿਆ ਇਹਦਾ ਦੇਖੋ 25 ਲੱਖ ਰੁਪਏ ਦੀ ਲਾਗਤ ਨਾਲ ਸਵਚ ਭਾਰਤ ਮਿਸ਼ਨ ਦੇ ਫੰਡ ਸੀ ਉਹਦੇ ਤੋਂ ਬਣਾਇਆ ਗਿਆ ਏ ਔਰ ਇਹਦੇ ਵਿੱਚ ਜਿਹੜਾ ਸਾਡੇ ਘਰਾਂ ਦਾ ਵੇਸਟ ਮਟੀਰੀਅਲ ਹੁੰਦਾ ਉਹਦੇ ਉੱਤੋਂ ਅਸੀਂ ਸਾਰਾ ਡਵੈਲਪ ਕੀਤਾ ਔਰ ਇਹਦੇ ਵਿੱਚ ਲੋਹੇ ਦਾ ਵੇਸਟ ਹੈ ਸੈਨੀਟੇਸ਼ਨ ਦਾ ਵੇਸਟ ਆ ਕਾਫੀ ਕੁਝ ਵੇਸਟ ਜਿਹੜਾ ਹੈ ਉਹ ਯੂਜ਼ ਕੀਤਾ ਗਿਆ ਔਰ ਇਹ ਵੇਸਟ ਟੂ ਵੰਡਰ ਪਾਰਕ ਦੇ ਨਾਮ ਨਾਲ ਇਹਨੂੰ ਜਾਣਾ ਜਾਏਗਾ ਔਰ ਆਲਮੋਸਟ ਕੰਪਲੀਟ ਹੈ ਛੇਤੀ ਹੀ ਇਹ ਵੈਸਟਲਕੇ ਦੇ ਵਿੱਚ ਪੈਂਦਾ ਹੈ ਛੇਤੀ ਹੀ ਸਬੰਧਤ ਹੈ ਹਲਕਾਇਮਲੇ ਸਬੰਧ ਦੇ ਨਾਲ ਟਾਈਪ ਕਰਕੇ ਇਹਨੂੰ ਅਸੀਂ ਲੋਕਾਂ ਨੂੰ ਸਮਰਪਿਤ ਕਰਾਂਗੇ ਸਰ ਚੰਡੀਗੜ੍ਹ ਤੋਂ ਤਿਆਰ ਕਰਾ ਕੇ ਜਾਂ ਇਹਦੇ ਵਿੱਚ ਚੰਡੀਗੜ੍ਹ ਤੋਂ ਵੀ ਜਿਹੜੀਆਂ ਅਸੀਂ ਕਨਸੈਪਟ ਜਿਹੜੇ ਆ ਉਹ ਲਏ ਆ ਔਰ ਚੰਡੀਗੜ੍ਹ ਤੋਂ ਵੀ ਇਹਦੇ ਵਿੱਚ ਆਈਟਮ ਜਿਹੜੀਆਂ ਯੂਜ਼ ਕੀਤੀਆਂ ਨੇ ਹੋਰ ਵਿੱਚ ਜੇ ਗੱਲਬਾਤ ਕਰੀਏ ਜਿਹੜੇ ਲੋਕ ਇੱਥੇ ਆਉਂਦੇ ਨੇ ਕਾਫੀ ਜਿਹੜੇ ਲੋਕ ਇੱਥੇ ਆਕਰਸ਼ਿਤ ਹੋ ਰਹੇ ਨੇ ਦੇਖਣ ਦੇਖ ਕੇ ਜਦੋਂ ਇਹ ਦਾ ਟੂ ਘਟਨ ਹੋਏਗਾ ਇਹ ਲੋਕਾਂ ਦੇ ਲਈ ਲੁਧਿਆਣਾ ਤੋਂ ਲਖਮਿੰਦਰ ਸਿੰਘ ਦਾਨਿਕ ਸਵੇਰਾ ਟੀਵੀ